أعوذ بالله من الشيطان الرجيم. بسم الله الرحمن الرحيم. لا حول ولا قوة إلا بالله العلي العظيم. الحمد لله رب العالمين، والصلاة والسلام على من كان نبيا وآدم بين الماء والتين. أفضل السفراء والمبشرين أبي القاسم محمد، وآله الطيبين الطاهرين المعصومين، خصوصا على الحسين المظلوم المقتول المذبوح من الكفاف الكربلاء يوم عاشورا. اس غریب دا نا چاہم جن دی فوج مک گئی، اس مظلوم دی مکار دے بنایا جڑا رت وچ ناتا ہوئے، بھیڑا دے دروازے تے آئے پیشانی پھٹی ہوئی ہے، ایوب شامی دا تیر لگا ہوئے پر نالا خون دا جاری ہے، بھین دے دروازے تے آئے کھڑے ن آدھے کھلے ن میریاں ڈکیاں بھینی، میرے تسے پر دادار میری بیٹی سکینہ، میری اماں دی دائی فضا، میرا آخری سلام ونے اونجا پہاڑ نبوت دیاں، مچھلیاں دریائے وحدت دیاں، رنج نہ پیو ویائے فضائل دا ٹائم ہی ختم ہو گیا ہے، جڑے مکانی بن کے آئے وجہ میرے نال نال کر بلا رہے آئے، جڑا اج بتول دے پتر نو رون آیا ہے انہوں بہت بڑا ثواب ہے، تے جڑے ٹر پھر کے میلہ ویکھن آئے تے تماشائی بنے وجہ انہوں بہت بڑا عذاب ہے، کہیں نو پتہ کوئی نہیں اج زہرا دا گھر کر بلا دے وچ اجڑ گئے ہیں. میری تسیاں بھڑا میرے دکھے پر دادار، میرا آخری سلام نے میں توانو دسن آیا، میں لہجے دا مہمان اونجا پہاڑ نبوت دیاں، مچھلیاں دریائے وحدت دیاں، شبیر دے سلام دا جواب ہی دیتا ہے تے ماتم ہی شروع کر دیتا ہے، دروازے دے اندروں بیٹھ آیا ہے آخری سلام تے اووی کنات دے باہروں، اندر لنگا فرمایا پٹی دے، میں پٹی دے، میری پیشانی اچ پتھر لگ گئے، میری آنکھاں دے وچ خون آندا ہے، بی بی آدھی منگدا کیوں ہے اندر لنگا، میں آپ پٹیاں بن دیاں تے متا جانے جو مینو پٹیاں بنن دا بل نہیں آندا، میں تیری او بھیڑا جیڑی اما زہرا دے پاسے تے پٹیاں بندی رہیاں، جیڑی بابے علی دی پیشانی تے پٹیاں بندی رہیاں، میں پھرا حسن دے جنازے چو تیر چھکن علی بھیڑا اندر لنگا، تینو پٹیاں بننا متا بچ پاؤدا ہوئے ویر، بھینا دیا کھڑ تے شبیر اندر آئے، گھوڑے دیواغ حسین نپی ودن چھوڑ دیتا ہے گھوڑا خیام دے سینچ،
ਸਾਰੀਆਂ ਬੀਬੀਆਂ ਨੂੰ ਜਮ੍ਹਾਂ ਕੀਤਾ ਹੈ। ਅਗਾ ਸੁਸ਼ਤਰੀ ਲਿਖਿਆ ਜਮਾ ਹੁੰਨਾ ਵਾ ਨਜ਼ਰ ਇਲੇ ਹਿੰਨਾ ਵਾ ਬਕਾ ਲੈ ਹਿੰਨਾ ਬੀਬੀਆਂ ਨੂੰ ਵੇਧਾ ਖਲੈ ਬਤੂਲ ਦਾ ਪੁੱਤਰ ਰੋਂਦਾ ਖਲੈ ਅੱਖੀ ਜ਼ਹਰਾ ਦੇ ਲਾਲ ਦੀਆਂ ਵਸਦੀਆਂ ਖਲੀਆਂ ਨੇ ਮੁਮਕਿਨ ਆ ਦੇਖ ਲੈ ਉਸੇ ਨੂੰ ਹੁਣ ਖੇਮਿਆਂ ਚ ਖੜੀਆਂ ਥੋੜੀ ਦੇਰ ਬਾਅਦ ਖੇਮੇ ਕੇ ਹੀ ਨਹੀਂ ਹੋਣੇ ਹੁਣ ਜ਼ੇਵਰ ਪਾਈ ਖਲੀਆਂ ਥੋੜੀ ਦੇਰ ਬਾਅਦ ਜ਼ੇਵਰ ਕੇ ਹੀ ਨਹੀਂ ਹੋਣੇ ਹੁਣ ਚਾਦਰਾ ਪਾਈ ਖਲੀਆਂ ਥੋੜੀ ਦੇਰ ਬਾਅਦ ਜੀ ਜੀ ਹੁਣ ਖੇਮਿਆਂ ਚ ਖੜੀਆਂ ਥੋੜੀ ਦੇਰ ਬਾਅਦ ਖੇਮੇ ਕੋਈ ਨਹੀਂ ਹੋਣੇ ਹੁਣ ਖਲੀਆਂ ਹੁਣ ਜ਼ੇਵਰ ਪਾਈ ਖੜੀਆਂ ਥੋੜੀ ਬਾਅਦ ਦੇਰ ਬਾਅਦ ਜ਼ੇਵਰ ਕੋਈ ਨਹੀਂ ਹੋਣੇ ਰੁਨੀਆਂ ਤਾਂ ਸਾਰੀਆਂ ਬੀਬੀਆਂ ਨੇ ਜਿਹੜਾ ਰੋਵਣ ਤੇ ਤਿਆਰ ਬੈਠਾ ਕਹਿ ਜੁਮਲੇ ਦੀ ਇੰਤਜ਼ਾਰ ਹੀ ਕੰਨ ਲਏ ਰੁਨੀਆਂ ਤਾਂ ਸਾਰੀਆਂ ਬੀਬੀਆਂ ਬਈ ਕਹਿ ਨੂੰ ਕੁਛ ਨਹੀਂ ਆਖਿਆ ਜਦਾਂ ਨਿੱਕੀ ਧੀ ਰੋਂਦੀ ਹੋਈ ਸਾਹਮਣੇ ਆਈ ਹੈ ਸ਼ਬੀਰ ਧੀ ਦੀਆਂ ਕਲਾਈਆਂ ਨੱਪੀਆਂ ਪਰ ਮੈਂ ਇੱਕ ਮਿੰਟ ਗਿਰੀਆਂ ਰੋਕ ਸ਼ਬੀਰ ਧੀ ਨੂੰ ਰੋਵਣ ਤੂੰ ਰੋਕਿਆ ਨਹੀਂ ਫਰਮਾਇਆ ਹੁਣ ਨਾ ਰੋ ਮੇਰੇ ਸਾਹਮਣੇ ਨਾ ਰੋ ਮੈਂ ਤੈਨੂੰ ਰੋਂਦਾ ਵੇਖ ਨਹੀਂ ਸਕਦਾ ਤੇ ਤੈਂ ਇਤਨਾ ਰੋਵਣਾ ਹੈ ਤੇਰੇ ਨਾਲ ਜੰਗਲਾਂ ਰੋਵਣਾ ਹੈ ਤੇਰੇ ਨਾਲ ਪਹਾੜਾਂ ਰੋਵਣਾ ਹੈ ਤੇਰੇ ਨਾਲ ਦਰਖਤਾਂ ਰੋਵਣਾ ਹੈ ਤੇਰੇ ਨਾਲ ਬਾਜ਼ਾਰਾਂ ਰੋਵਣਾ ਹੈ ਤੇਰੇ ਨਾਲ ਗਲੀਆਂ ਰੋਵਣਾ ਹੈ ਇੱਕੋ ਵੈਣ ਕਰੇ ਦੀ ਵੇ ਆਖੇ ਮੈਂ ਦੱਸੇ ਪਿਓ ਦੀ ਧੀਆ ਮੇਰਾ ਬਾਬਾ ਹੁਸੈਨ ਸਾਰੇ ਪਰਦੇਦਾਰਾਂ ਨੂੰ ਲੈ ਕੇ ਸੱਜਾਦ ਦੇ ਪਾਸੇ ਤੁਰ ਪਏ ਸੋਹਣੀਆਂ ਵਸੀਤਾਂ ਇਲਮ ਇਮਾਮਤ ਮੋਢਾ ਹਲਾਏ ਪਰਮੇਂਦਰ ਹੁਣ ਜਾਗ ਵਜ ਹੁਣ ਤੇਰਾ ਕੰਮ ਸ਼ੁਰੂ ਹੋ ਗਿਆ ਹੁਣ ਮੈਂ ਤੁਰਿਆ ਵੇਨਾ ਬਾਹਰ ਆ ਖੜੇ ਨੇ ਜੇ ਮੇਰੇ ਲਫ਼ਜ਼ ਯਾਦ ਇੰਨੀ ਉਸ ਗਰੀਬ ਦਾ ਨਾਂ ਲਿਆ ਜਿਹਦੀ ਫੌਜ ਮੁੱਕ ਗਈ ਏ ਘੋੜੇ ਦੀ ਗਰਦਨ ਦੇ ਨੇੜੇ ਆਖ ਲੈ ਸ਼ਬੀਰ ਸੱਜੇ ਡਿੱਠੇ ਵੱਤ ਖੱਬੇ ਡਿੱਠੇ ਵੱਤ ਰੋ ਪਏ ਅੱਜ ਦੀ ਭਾਈਵਾਲ ਭੈਣ ਪੁੱਛੇ ਰੋਵਣਾ ਤੁਸਾਂ ਵੀ ਇਹ ਜੁਮਲਾ ਮਸਤੂਰਾਤ ਵਾਸਤੇ ਪਿਆ ਪੜਦਾ ਜਿਹੜੀਆਂ ਮਾਈਆਂ ਸਮਝਿਆ ਮਾਤਮ ਕਰੇ ਸਨ ਭੈਣ ਪੁੱਛਿਆ ਕੇ ਵਦਾ ਗੁਲੇ ਨੇ ਫਰਮਾਇਆ ਅਮੇ ਨਾ ਆਹ ਦੇਈ ਉਹ ਕੱਦੇ ਮੋਈ ਲਈਆ ਜਵਾਦੀ ਹੁਣ ਤਾਂ ਏਡਾ ਗਰੀਬ ਹੋ ਗਿਆ ਮੈਨੂੰ ਘੋੜੇ ਤੇ ਚੜਾਵਣ ਲਈ ਕੋਈ ਨਹੀਂ ਰਹਿ ਗਿਆ ਜਿਤਨੀਆਂ ਬੀਬੀਆਂ ਖਲੀਆਂ ਇਨ ਸ਼ਬੀਰ ਦੇ ਘੋੜੇ ਦੇ ਪਾਸੇ ਦੌੜੀਆਂ ਕਈ ਵਾਗ ਨੱਪੀ ਵਧੀ ਆਈ ਕਈ ਗਰਦਨ ਤੇ ਹੱਥ ਰੱਖੀ ਵਧੀ ਆਈ ਕਈ ਸ਼ਬੀਰ ਦੇ ਘੋੜੇ ਨਾਲ ਮਾਤਮ ਖੜੀ ਕਰੇਂਦੀ ਆਈ ਭੈਣ ਕੋਚ ਚ ਹੱਥ ਪਏ ਅਧੀ ਚੜਾ ਮਾਂ ਜ਼ਹਰਾ ਬਣ ਕੇ ਚੜੈਨੀ ਤੇਰਾ ਰਿਆ ਜੋ ਕੋਈ ਨਹੀਂ ਮੈਂ ਅਜਾ ਫੌਜ ਬਚਾਈ ਅਧੀਆਂ ਘੋੜੇ ਤੇ ਸਵਾਰ ਹੋ ਗਏ ਤੁਰ ਪਏ ਪਰਦਾਦਾਰ ਨਾਲ ਤੁਰੇ ਆਮ ਨਾ ਸਮਝੇ ਬੀਬੀਓ ਮਾਈਓ ਮੈਂ ਤਾਂ ਆਮ ਸਮਝੋ ਇਤਨੇ ਜ਼ਖਮ ਹੈ ਹੁਸੈਨ ਦੇ ਬਦਨ ਤੇ ਸਾਲਵੇਂ ਨਾ ਜ਼ਿਰੇ ਦੇ ਵਿੱਚੋਂ ਖੂਨ ਦੇ ਫਵਾਰੇ ਨਿਕਲਦੇ ਹੈ ਘੋੜੇ ਦੇ ਨਾਲ ਨਾਲ ਟੁਰਦੀਆਂ ਆਈਆਂ ਮਾਤਮ ਹੀ ਕਰੇਂਦੀਆਂ ਆਈਆਂ ਮਾਂ ਜ਼ਹਰਾ ਨੂੰ ਮੁਕਾਣ ਹੀ ਦੇਂਦੀਆਂ ਆਈਆਂ ਖੇਮਿਆਂ ਦਾ ਦਰਵਾਜ਼ਾ ਹੈ ਭੈਣਾਂ ਦੀ ਹੱਦ ਮੁੱਕ ਗਈ ਹੈ ਭੈਣਾਂ ਦਰਵਾਜ਼ੇ ਤੇ ਖਲੋ ਰਹੀਆਂ ਸ਼ਬੀਰ ਘੋੜਾ ਬਾਹਰ ਕੱਢਿਆ ਹੈ ਅੱਲਾ ਭੈਣ ਤੇ ਭਰਾ ਦਾ ਕੋਈ ਅਜੀਬ ਮੁਹੱਬਤ ਵਾਲਾ ਰੰਗ ਬਣਾ ਹੈ ਜਿਤਨੇ ਤਾਈਂ ਭਰਾ ਨਜ਼ਰ ਆਉਂਦਾ ਰਹੇ ਭਰਾ ਦੀ ਕੰਡ ਵੇਧੀਆਂ ਰਹੀਆਂ ਜੇ ਮਤਾਂ ਸਮਝੇ ਜੋ ਭਰਾ ਟੁਰ ਗਿਆ ਅਜ਼ਮਤ ਹੁਸੈਨ ਦੀ ਕਸਮ ਹੈ ਹਰ ਦੂਏ ਕਦਮ ਤੇ ਸ਼ਬੀਰ ਘੋੜਾ ਰੁਕੇਂਦਾ ਮੁੜ ਮੁੜ ਕੇ ਭੈਣਾਂ ਦੇ ਪਾਸ ਵੇਖਦਾ ਆਦਾ ਰੰਜ ਨਾ ਪਈ ਹੋਵੇ ਮੇਰੀ ਮਜਬੂਰੀ ਬਣ ਗਈ ਏ ਮੈਂ ਤੈਨੂੰ ਜੰਗਲ ਚ ਕੱਲਾ ਨਾ ਛੋੜਾ ਮੈਂ ਤੈਨੂੰ ਮਦੀਨੇ ਪਹੁੰਚਾਈਆ ਜੀ 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 ਲੱਖ ਦਫਾ ਜੀ ਲੱਖ ਦਫਾ
چھوڑ کے نیٹ اور پیا جی 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 میں لکھ دفعہ کر شبیر انجے بھائیڑا نو چھوڑ کے نہیں ٹر پیا ہر دوے قدم تے گھوڑا رکیندے این مڑ مڑ کے بھائیڑا دے پاسے وید این آج این میری مجبوری بڑ گئی نے میں تو انو جنگل چکلا نہ چھوڑا گا بڑا رو لے تھوڑی جی عیسائی کڑ لے آجا انا دے حصے دا مسائے بھی پڑھنا جرا سچین دا بیٹھا جڑا انتظار چے جو کوئی لفظ آوے آ میں بھی رواں مکمل مجلس پڑھنا قصر زہرا لیو بتول دے پتر دے ناں دے جڑا ماں دے ناں تے امام باڑا ہے اس وچ پڑھا مجلس تے پوری کیویں نہ پڑھا گھوڑا باہر کڈھیا ہے ایک ایک خیمے دے دروازے تے گئے کہلے اکبر دا خیمہ ڈٹھے کہلے غازی دا خیمہ ڈٹھے کہلے اونو محمد دا خیمہ وے دین اندر سر پیندین وقت خالی خیمے ڈٹھے نے وقت گھوڑا لاشا لے پاسے چٹورے آئے ایک ایک لاش دا سلام کریں دیا کہیں لاش تے شبیر اے گل نہیں کی تھی جدا غازی دی لاش تے آئین فرمائیں دین حل میں ناسے رہی انسر غازی بھرا کلا رہ گیا عباس میری امداد کرنا کوئی نہیں جی 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 جوان جی 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 جوان جی بھاوے واڈھا بیٹھا ہے تیرا ماتم بے داخلا اکبر دی لاش تے نہیں آکھیا جو میں غریب ہو گیا قاسم دی لاش تے نہیں آکھیا میں کلا رہ گیا اونو محمد دی لاش تے نہیں آکھیا جدا غازی دی لاش تے آیا دا حل میں ناصر انصر نا اے کوئی دیڑا جی 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 بابا جی 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 اللہ اس بچے دی عمر دراز کرے پکڑ لو پکڑ لو علی اکبر دا صدقہ حیاتی ہوس علی اکبر دا صدقہ حیاتی ہوس لٹا دو بچے لٹا دو غازی دی لاش دیا دا غازی بھرا کلا رہ گئی حل میں ناصر انصر نا اے کوئی جڑا میری مدد کہیں لاش تے غربت دا نعرہ نہیں لایا جدا عباس دی لاش تے آئے دوئیں سر دوئیں ات سر تے رکھن ادا حل میں ناصر انصرنا غازی بھرا کلا رہ گیا جنگ کیتی ہے بتول دے لال این بھیڑا بکریاں رگو چلائے اے میدان خالی ہو گئے خالی ہوئے تے گھوڑا دریاچ لہائے اے سمجھ اس نے اے وی مستوراں دے حصے دا جملہ اے کتنیاں پیاریاں اس بھیڑا دکھا نے سمجھیا نے حسین پانی پیتا اے اے کمینی آکھا ایو جیا لفظ آکھا شبیر نو پانی بھول ونے رائے آدھن کیا نائے کمینہ دریا دی منتی آکھا لائے آدھا شبیر تو پانی ودا پینا اے تیریا بھینا دے خیمی اچ فوج بڑھ گئی اے جلدی نال گھوڑا کڑی آئے آدھا زہرا دی دھینا گھبراوے بھراندہ پیئی اوفو بے لوکود تلوار نے ہمچ پائی اے ہن ہولو ہولو گھوڑا ٹرین دے وتن ہر پاسیوں کمینے تھوڑی جی سائی کڈل اے ہر پاسیوں آوازا بلند اے مارو مارو کلا رہ گئے اے ہن چھڑاوان والا کوئی نہیں اس جینو جو کچھ لدا اے انہاں شبیر تے وار کیتا اے ترندا اے گھوڑا وے دی کھلی رہی اے بھین اک ٹبے دی گیر دے نال گھوڑا بھجدا دا اک کمینے کھبے پہلو وچ نیلا مارے اے شبیر زین تو زمین تے اے
ਘੋੜਾ ਭੱਜਦਾ ਗਿਆ ਹੈ, ਸੱਤਾਂ ਕਦਮਾਂ ਤਾਈਂ ਭੱਜਦਾ ਗਿਆ ਹੈ, ਕਈ ਗੋਡੀ ਕਾਈ ਨੀ, ਕੋਈ ਪਾਸਾ ਨਹੀਂ ਲਾਇਆ। ਘੋੜਾ ਸੱਤਾਂ ਕਦਮਾਂ ਤਾਈਂ ਭੱਜਦਾ ਗਿਆ ਹੈ, ਸੱਤਵੇਂ ਕਦਮ ਤੇ ਡਿੱਠਾ ਹੈ, ਜ਼ੀਨ ਖਾਲੀ ਹੈ, ਇਹਨਾਂ ਕਦਮਾਂ ਤੋਂ ਹਟਿਆ ਹੈ। ਸਾਨੂੰ ਘੋੜਿਆਂ ਦੀ ਵਫਾ ਨਹੀਂ ਭੁੱਲੀ, ਅੱਜ ਤਾਈਂ ਘੋੜਿਆਂ ਨੂੰ ਚੁੰਮਦੇ ਵਧੀਆਂ ਨੇ, ਉਹਨਾਂ ਸੱਤਾਂ ਕਦਮਾਂ ਤੋਂ ਹਟਿਆ ਹੈ, ਸੁੰਭਾਂ ਦੇ ਨਾਲ ਲੜਦਾ ਹੈ, 80 ਮਲਾਉਣ ਨੂੰ ਮਾਰਿਆ ਹੈ, ਹੁਣ ਸ਼ਬੀਰ ਦੇ ਕਦਮਾਂ ਤੇ ਮੂੰਹ ਰੱਖਿਆ ਹੈ। ਅਜੇ ਮੈਨੂੰ ਮਾਫ ਕਰੇ, ਮੈਨੂੰ ਪਤਾ ਨਹੀਂ ਲੱਗਾ, ਮੈਂ ਕਿਦੋਂ ਤਿੱਖਾ ਟੁਰ ਪਈਆ, ਤੂੰ ਮੇਰੀ ਜ਼ੀਨ ਤੂੰ ਛੱਡ ਗਈ ਹੈ। ਹੁਣ ਇਹ ਗੋਡੀ ਮਤਾ ਆਖੇ, ਗੋਡੀ ਦਾ ਇਨਕਾਰ ਕੀਤਾ, ਹੁਣ ਗੋਡੀ ਲਈ, ਅਜੇ ਆ ਮੇਰੀ ਜ਼ੀਨ ਤੇ ਚੜਾ। ਪਰ ਮੈਂ ਘੋੜਾ ਮੈਂ ਥੱਕ ਪਿਆ, ਘੋੜਾ ਮੇਰੀਆਂ ਤਾਕਤਾਂ ਮੁੱਕ ਗਈਆਂ, ਹੁਣ ਨਾ ਚੜ ਸਕਦਾ, ਹੁਣ ਲਾਇਸ ਪਾਸਾ, ਹੁਣ ਤਾਂ ਚੜਾ। ਫਰਮਾਇਆ ਘੋੜਾ ਹੁਣ ਵੀ ਨਾ ਚੜਦਾ, ਹੁਣ ਕਿਉਂ ਨੇ ਚੜਦੇ? ਫਰਮਾਇਆ ਉਹ ਵੇਖ, ਮੇਰੀ ਮਾਂ ਹੀ ਖਲੀ, ਹੂਰਾਂ ਦੇ ਨਾਲ ਮੇਰੀ ਮਾਂ ਆ ਗਈ ਹੈ, ਉਹ ਮੇਰਾ ਨਾਨਾ, ਉਹ ਮੇਰਾ ਬਾਬਾ ਅਲੀ, ਮੇਰੀ ਮੰਜ਼ਲ ਆ ਗਈ ਹੈ, ਤੇ ਚੜਾ ਤਾਂ ਕਿਤੇ ਲੈ ਵੇ ਥੱਕੇ ਨਹੀਂ ਨਿਆਜ਼ ਹੁਸੈਨ, ਸਵਾਰ ਹੋਵਾਂ ਤਾਂ ਕਿਤੇ ਲੈ ਵੇ ਨੇ। ਅਦਾ ਮਦੀਨਾ, ਨਜਾ, ਹਿੰਦੁਸਤਾਨ, ਯਮਨ, ਰੋ ਪਿਆ ਬਤੂਲ ਦਾ ਲਾਲ, ਪਰ ਮੈਂ ਵਫਾ ਕੀਤੀ ਹੈ, ਇਨਸਾਫ ਨਹੀਂ ਕੀਤਾ। ਬੋਲਾ ਕਿਹੜੀ ਬੇਇਨਸਾਫੀ ਹੈ, ਮੈਨੂੰ ਜੋ ਲੈ ਵੇਨਾ ਉਹ ਵੇਖ, ਮੇਰੀ ਭੈਣ ਸਿਰ ਤੇ ਕੁਰਾਨ ਚਾਈ ਖਲੀ ਹੈ, ਤੇਰੇ ਨਾਲ ਵੰਜਾ ਭੈਣਾਂ ਨੂੰ ਕੱਲਾ ਕਿਵੇਂ ਛੋੜਾਂ, ਮੈਂ ਬਤੂਲ ਦੀਆਂ ਧੀਆਂ ਨੂੰ ਕੱਲਾ ਨਹੀਂ ਛੁੜੇਂਦਾ। ਬਸ ਇੱਕ ਨਕਸ਼ਾ, ਸ਼ਬੀਰ ਦੇ ਕੋਲ ਘੋੜਾ, ਦਰਵਾਜ਼ੇ ਤੇ ਭੈਣਾ, ਕਾਤਲ ਟੁਰਿਆ, ਜਿਹੜਾ ਆਂਦਾ ਨਾਕਾਮ ਹੋ ਕੇ ਹਟਦਾ, ਕੋਈ ਆਂਦਾ ਮੈਂ ਗਿਆ ਮਾਂ ਬੈਠੀ ਆਸ, ਮੈਂ ਗਿਆ ਨਾਨਾ ਬੈਠਾਸ, ਕੋਈ ਆਂਦਾ ਮੈਂ ਗਿਆ ਤਾਂ ਬਾਬਾ ਅਲੀ ਬੈਠਾਸ, ਮੈਨੂੰ ਡਰ ਲੱਗਦਾ, ਸ਼ਿਮਰ ਕਮੀਨਾ ਨਿਕਲਿਆ। ਅਦਾ ਸਕਲਤ ਕੁਮ ਉਮੋ ਕੁਮ, ਤੁਹਾਡੇ ਜਨਾਜ਼ਿਆਂ ਤੇ ਤੁਹਾਡੀ ਮਾਂ ਰੋਵੇ, ਹੁਣ ਤਾਂ ਕੱਲਾ ਰਹਿ ਗਿਆ, ਹੁਣ ਤਾਂ ਗਾਜ਼ੀ ਵੀ ਕੋਈ ਨਹੀਂ, ਘੋੜੇ ਨੂੰ ਇਜਾਜ਼ਤ ਦਿੱਤੀ ਹੈ ਮੇਰੀ ਤਰਫੋਂ, ਛੁੱਟੀ ਹੈ, ਕਿਤੇ ਵਹਿੰਦਾ? ਅਦਾ ਵਹਿੰਦਾ ਤੇਰੀਆਂ ਉਜੜੀਆਂ ਹੋਈਆਂ ਭੈਣਾਂ ਦੇ ਦਰਵਾਜ਼ੇ ਤੇ, ਦੱਸੇ ਨਾ ਭਿਰਾ ਲਹਿ ਗਿਆ ਨੇ, ਵਖਤ ਢਲ ਗਏ ਨੇ, ਉਜੜਨ ਦਾ ਸਮਾਂ ਨਹੀਂ ਨੇ। ਘੋੜਾ ਖੇਮਿਆਂ ਤੋਂ ਦੌੜੇ ਸ਼ਬੀਰ ਦੇ ਕੋਲ, ਕਾਤਲ ਕਮੀ ਨੇ ਦੋ ਗੱਲਾਂ ਕੀਤੀਆਂ, ਹੁਸੈਨ ਜਵਾਬ ਦਿੱਤਾ, ਬਸ ਇਹੋ ਜਿਹਾ ਜ਼ੁਲਮ ਕੀਤਾ, ਸ਼ਬੀਰ ਸਜਦਾ ਸ਼ੁਕਰ ਕੀਤਾ, ਗਰੀਬ ਸਜਦਾ ਕੀਤਾ, ਜ਼ਾਲਮ ਵਾਰ ਕਰਨੇ ਸ਼ੁਰੂ ਕੀਤੇ, ਇੱਕ ਜ਼ਰਾ ਮਰੇਂਦਾ ਵੱਤ ਹਟ ਵੇਂਦਾ, ਵੱਤ ਸਾਈ ਕੱਢਦਾ ਵੱਤ ਬਈ ਜ਼ਰਾ ਮਰੇਂਦਾ, ਵੱਤ ਸਾਈ ਕੱਢਦਾ ਵੱਤ ਬਈ ਜ਼ਰਾ ਮਰੇਂਦਾ। ਸ਼ਬੀਰ ਸਰ ਚਾਏ, ਪਰ ਮੈਂ ਕਮੀ ਨਾ ਮਾਰਨਾ ਜੋ ਹੈ, ਸਾਈਆਂ ਕਿਉਂ ਕੱਢਣਾ? ਅਜਾ ਬੇਨਾ ਤੇਰੀ ਭੈਣ ਬਾਹਰ ਆਉਂਦੀ ਹੈ ਜਾਂ ਕੋਈ ਨਾ? ਪਰ ਮੈਂ ਮੇਰੀ ਭੈਣ ਬਾਹਰ ਨਹੀਂ ਹੈ, ਤੂੰ ਜਿਵੇਂ ਜ਼ਰਬਾ ਮਾਰ, ਜ਼ੈਨਬ ਬਾਹਰ ਨਹੀਂ ਹੈ। ਮੁੱਕ ਗਈ ਬਲੋਚ ਦੀ ਮਜਲਿਸ, ਹੋ ਗਈ ਮੁਕਾਨ, ਇੱਕ ਜੁਮਲਾ ਆਖਣਾ, ਜਦਾਂ ਸ਼ਾਮੀ ਅੱਟੇ ਖੁਸ਼ ਹੋ ਕੇ ਨਾ ਆਵੇ, ਇੰਨੀ ਆਵੇ ਜਿਵੇਂ ਰਈਅਤ ਸਰਦਾਰ ਮਰਾਈ ਵਧੀ ਹੋਣੀ। ਇਹ ਹੁਸੈਨ ਸਿਰਫ ਤੇਰਾ ਸਰਦਾਰ ਨਹੀਂ, ਹੁਸੈਨ ਜਿਬਰੀਲ ਦਾ ਹੀ ਸਰਦਾਰ ਹੈ। ਜਿਬਰੀਲ ਇਜਾਜ਼ਤ ਮੰਗੀ, ਅੱਲਾਹ ਮੈਨੂੰ ਇਜਾਜ਼ਤ ਦੇ, ਮੈਂ ਕਰਬਲਾ ਵੇਂਦਾ। ਇਜਾਜ਼ਤ ਮਿਲੀ ਹੈ, ਜਦਾਂ ਜਿਬਰੀਲ ਆਇਆ ਆਖਰੀ ਸਰਬ ਚੱਲ ਗਈ ਆਈ, ਸ਼ਬੀਰ ਸ਼ਹੀਦ ਹੋ ਗਿਆ, ਜਿਬਰੀਲ ਕਰਬਲਾ ਦੀ ਮਿੱਟੀ ਚਾ ਕੇ ਸਰ ਚ ਪਾਈ ਹੈ, ਜਿਬਰੀਲ ਮਾਤਮ ਕੀਤਾ, ਅਦਾ ਅਲਾ ਕਦ ਕੋਤੇ ਲਲ ਹੁਸੈਨ ਬੇ ਕਰਬਲਾ, ਅਲਾ ਕਦ ਸੋਬੇ ਹਲ ਹੁਸੈਨ ਬੇ ਕਰਬਲਾ। ਇੱਕ ਜੁਮਲਾ ਅੱਲਾ ਕਰੇ ਸਮਝਾ ਲਈ, ਮਾਈਆਂ ਸੈਯਦਾਂ ਦੀਆਂ ਮਾਫ ਕਰਿਆ, ਜਿਹੜੇ ਸੈਯਦ ਬੈਠੇ ਹੋ ਮੈਨੂੰ ਮਾਫੀ ਦਿਵਿਆ, ਮੇਰੀ ਮਜਬੂਰੀ ਨਾ ਹੋਇਆ ਬਿਆਨ ਨਾ ਕਰਾਂ, ਮੈਂ ਜੁਮਲਾ ਖੁਸ਼ਾ ਪੜਿਆ, ਮੇਰੀ ਅਗਲੀ ਮਜਲਿਸ ਮਿਸ ਹੋ ਗਈ ਆਈ, ਮੈਨੂੰ ਸੈਯਦਾਂ ਨਾ ਵੰਝਣ ਦਿੱਤਾ, ਹੈ ਮਜਬੂਰੀ ਉਵੇ ਲਫ਼ਜ਼ ਨਾ ਦੱਸ ਸਕਦਾ, ਜਿਹੜੇ ਕਿਤਾਬ ਵਿੱਚ ਪੜ੍ਹੀ ਖਲਾਂ, ਮੇਰੀ ਮਜਬੂਰੀ ਨੇ ਤੇ ਅੱਲਾ ਵਾਸਤੇ ਸਮਝ ਆਏ। ਕਮੀ ਨੇ ਸਰ ਚਾਏ, ਚਾ ਕੇ ਟੁਰ ਪਵਿਆ, ਕਦੀ ਨਾ ਰੁਵਾਇਆ, ਰੁਵਾਈਂਦਾ ਹੀ ਵਰਮਾਨ ਕੇਲ ਰੱਖਦਾ, ਵੱਤ ਚਾ ਲੈਂਦਾ,
ਰੱਖਦਾ ਵੱਤ ਚਾ ਲੈਂਦਾ, ਜ਼ਮੀਨ ਤੇ ਰੱਖਦਾ ਵੱਤ ਚਾ ਲੈਂਦਾ। ਜਦਾ ਸੱਤਵਾਂ ਚੱਕਰ ਵਲਿਆ ਡਿੱਠਾ ਤਾਂ ਨਿੱਕੀ ਜਿਹੀ ਧੀ ਝੋਲੀ ਵਧਾਈ ਹੈ। ਅੱਜ ਇਹ ਕਮੀਨਾ ਬਾਬੇ ਦਾ ਸਰ ਮੈਨੂੰ ਚੜੇ, ਇਹ ਜਬਰੀਲ ਦੇ ਪਰਾਂ ਤੇ ਸੰਭੜਾ ਲੈ। ਤੈਨੂੰ ਚਾਹਣ ਦਾ ਤਰੀਕਾ ਜੋ ਨਹੀਂ ਹੈ ਇਹ ਤਾਂ ਬਤੂਲ ਦਾ ਮਾਤਾ ਮੈਂ ਹੁਸੈਨ।